ਚਲੋ ਆਓ ਹਾਂ ਓਕੇ ਠੀਕ ਹੈ ਰਣ ਸਰ ਅੱਛਾ ਲੋੜੇ ਲੋਕ ਪੂਰਾ ਪਾ ਲਵੇ

ਉਹ ਸੀਨੇ ਦੇ ਅੰਦਰ ਲੱਗਾ ਅਸਲਾਮੁਅਲੈਕੁਮ ਕੀ ਹਾਲ ਚਾਲ ਹੈ ਜੀ ਕਿੱਦਾਂ ਸਭ ਵਧੀਆ ਹਰ ਤਰ੍ਹਾਂ ਖਰੀਅਤ ਹੈ ਜੀ ਬਹੁਤ ਬਹੁਤ ਸ਼ੁਕਰੀਆ ਮੁਹੱਵਤਾ ਦਾ ਆ ਆ ਇਕੋ ਆ ਰਿਆਦੂ ਚਲੋ ਨਾਲ ਸੋ ਥੋੜਾ ਜਿਆਦਾ ਵਿੱਚ ਰੱਖਿਓ ਜਲ ਜਲ ਜੀ ਹਾਂ ਕੱਟ ਕੇ ਕੱਟ ਕੇ ਤਾਂ ਬੋਟੀ ਵੀ ਕੱਢੀ ਜੋ ਨਹੀਂ ਆ ਹੁਣ ਕੱਟ ਲੱਗੇਗਾ ਫੇਰ ਆ ਠੀਕ ਆ ਜੀ ਤੁਸੀਂ ਕਹਿ ਰਹੇ ਹੋ ਦੁਬਾਰਾ ਕਰ ਲਈਏ ਬੁਲਾਇਆ ਤੋਂ ਬਾਅਦ ਡੈਫੀਨਿਟਲੀ ਕੱਟ ਲੱਗਦਾ ਹੁੰਦਾ ਜੇ ਉੱਥੇ ਲਗਾਣਾ ਜਿੱਥੇ ਆਟੋਮੈਟਿਕ ਹੀ ਲੱਗਦਾ ਹਾਂ ਚਲ ਮੂੰਹ ਆ ਗਿਆ ਅਸਲਾਮੁਅਲੈਕਮ ਕੀ ਹਲਚਲ ਹੈ ਜੀ ਕਿੱਦਾਂ ਸਭ ਵਧੀਆ ਹਰ ਤਰ੍ਹਾਂ ਖਰੀਤ ਜਿਉਂਦੇ ਬਸ ਤੇਰੇ ਨੂੰ ਅੱਲਾਹ ਪਾਕ ਤੈਨੂੰ ਖੁਸ਼ ਰੱਖੇ ਮੌਪਤਾਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਅ ਮੇਰਾ ਚੈਨਲ ਸਬਸਕ੍ਰਾਈਬ ਕਰਨ ਦਾ ਬਹੁਤ-ਬਹੁਤ ਸ਼ੁਕਰੀਆ ਜੇ ਹਾਲੇ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਮੇਰਾ ਚੈਨਲ ਸਬਸਕ੍ਰਾਈਬ ਕਰੋ ਨਾਲ ਜਿਹੜਾ ਘੰਟੀ ਦਾ ਬਟਨ ਹੈ ਉਹਨੂੰ ਜ਼ਰੂਰ ਦਬਾ ਦਿਓ ਤੇ ਮੇਰੀਆਂ ਦੁਆਵਾਂ ਹਮੇਸ਼ਾ ਤੁਹਾਡੇ ਨਾਲ ਰਾਜ-ਰਾਜ ਕਮਾਓ ਰਾਜ-ਰਾਜ ਖਾਓ ਰੱਬ ਕਦੀ ਵੀ ਲੋੜ ਦੀ ਥੋੜਾ ਨਾ ਦੇਵੇ ਰੱਖ-ਰੱਖ ਭੁੱਲੋ ਤੇ ਕਾਲ ਮਲਾਉਣ ਜਾ ਰਹੇ ਆ ਨਾਈ ਨੂੰ ਨਾਈ ਦੀ ਕਾਲ ਹੈ ਜੀ ਤੇ ਤਗੜੀ ਕਾਲ ਹੈ ਮਲਾਉਜੀ ਕਾਲ ਜੀ ਹਲੋ ਹਲੋ ਅਸਲਾਮੁਅਲੈਕੁਮ ਵਾਲੇਕੁਮ ਸਲਾਮ ਜੀ ਰਾਏ ਸਾਹਿਬ ਕੀ ਹਾਲ ਹੈ ਜੀ ਅੱਲਾਹ ਦੀ ਬੜੀ ਰਹਿਮਤ ਆ ਸੇਤ ਤਬੀਅਤ ਕਰਮ ਕਰਮ ਦੇ ਪੈਰੇ ਨੇ ਨਾ ਜੀ ਦੇਗਾਂ ਪੱਕ ਰਹੀਆਂ ਨੇ ਸ਼ੁਕਰ ਹੈ ਮਾਲਕ ਦੀ ਜ਼ਾਤ ਦਾ ਚੌਲਾਂ ਨੂੰ ਦਮ ਲੱਗ ਰਹੇ ਨੇ ਬਾਜੀ ਅੱਲਾ ਨੇ ਰਹਿਮਤ ਕੀਤੀ ਆ ਕਸਟਰਡ ਠੰਡੇ ਹੋ ਰਹੇ ਨੇ ਭੰਜ ਦੇ ਜੀ ਕੁੱਕੜ ਅਰਸ਼ਾ ਪੱਕ ਰਹੀ ਆ ਬੱਕਰਾ ਕੁੱਕੜ ਵੱਡਾ ਕੱਟਾ ਅੱਛਾ ਜੀ ਹਾਂ ਜੀ ਮਜ਼ੇ ਮਜ਼ੇ ਪੂਰੇ ਜੀ ਤੇ ਕਿੱਡਾ ਕੁ ਵੱਡਾ ਸੈਟਅਪ ਆ ਜੀ ਆਪਣੇ ਕੋਲ ਸੈਟਅਪ ਆਪਣੇ ਕੋਲ ਮਾਸ਼ਾਅੱਲਾ ਬਥੇਰਾ ਵੱਡਾ ਵਾ 500 ਬੰਦੇ ਦਾ ਸੈਟਅਪ ਆਪਣੇ ਕੋਲ ਦੇ ਗਾਂ 40 50 60 ਹੈਗੀਆਂ ਨੇ ਆਪਣੇ ਕੋਲ 65 ਦੇ ਗਾਂ 65 ਦੇ ਗਾਂ ਠੀਕ ਹੈ ਜੀ ਤੇ ਵਿਆਹਾਂ ਸ਼ਾਦੀਆਂ ਦਾ ਕੰਮ ਕਰਦੇ ਹੋ ਹਾਂ ਜੀ ਵਿਆਹਾਂ ਸ਼ਾਦੀਆਂ ਦਾ ਕੋਈ ਵੀ ਕੰਮ ਹੋਵੇ ਖੁਸ਼ੀ ਦਾ ਗਮੀ ਦਾ ਸਾਰੇ ਕਰੀਦੇ ਆ ਅੱਛਾ ਜੀ ਹਾਂ ਜੀ ਤੇ ਲੂਣ ਮਿਰਚ ਮਸਾਲਾ ਆਪ ਪਾਉਂਦੇ ਹੋ ਜਾਂ ਅੱਗੇ ਬੰਦੇ ਰੱਖੇ ਹੋਏ ਨੇ ਆਪ ਹੀ ਪਾਉਣਾ ਭਾਜੀ ਕਿਸੇ ਕੋ ਫੜ ਕੇ ਪਾਉਣਾ ਅੱਛਾ ਜੀ ਹਾਂ ਜੀ ਠੀਕ ਹੈ ਅੱਗੇ ਲੇਬਰ ਪੂਰੀ ਲੇਬਰ ਪੂਰੀ ਹੈ ਜੀ ਕਸਟਰਡ ਬਣਾ ਲੈਂਦੇ ਹੋ ਜੀ ਹਾਂ ਜੀ ਅੱਲਾਹ ਦੀ ਰਹਿਮਤ ਨਾਲ ਭਾਵਾ ਤੁਸੀਂ ਜੋ ਮਰਜ਼ੀ ਬਣਵਾਓ ਮਿੱਠੇ ਚੌਲ ਮਿੱਠੇ ਚੌਲ ਕੋਰਮਾ ਕਸਟਰਡ ਬਰੀਆਨੀ ਫਿਰਨੀ ਫਿਰਨੀ ਵੀ ਹਰຊਾਈ ਅੱਛਾ ਜੀ ਖੀਰ ਹਾਂਜੀ ਸਭ ਕੁਝ ਹੀ ਸਭ ਕੁਝ ਹੀ ਅੱਲਾ ਦੀ ਬੜੀ ਰਹਿਮਤ ਆ ਤੇ ਸਮਾਨ ਘਰ ਵਾਲਾ ਦੇਵੇ ਤਾਂ ਠੀਕ ਰਹਿੰਦਾ ਜਾਂ ਆਪਣੇ ਕੋਲ ਪੱਲੇ ਉਲਾਉਂਦੇ ਹੋ ਦੇਖੋ ਜੀ ਘਰ ਵਾਲਿਆਂ ਕੋ ਹੋਵੇ ਘਰ ਵਾਲੇ ਦੇ ਦੇਣ ਤੇ ਅਸੀਂ ਮਜ਼ਦੂਰੀ ਲੈ ਲਈਦੀ ਆ ਠੀਕ ਹੈ ਜੀ ਤੇ ਜੇ ਸਾਡੇ ਕੋਲੋਂ ਸਮਾਨ ਸਾਰਾ ਲੈਣਾ ਫਿਰ જરા ਮਜ਼ਦੂਰੀ ਤੋਂ ਵੱਧ ਬਿੱਲ ਬਣ ਜਾਂਦਾ ਅੱਛਾ ਹਾਂਜੀ ਹਲੀਮ ਹਲੀਮ ਵੀ ਅੱਲਾ ਦੀ ਰਹਿਮਤ ਨਾਲ ਪੂਰੇ ਤਰੀਕੇ ਨਾਲ अच्छा जी बस ठीक है जी ਤੁਸੀਂ ਏਦਾਂ ਕਰੋ ਹਾਂ ਜੀ ਕਿੰਨੀਆਂ ਦੇਗਾ ਦੱਸਿਆ ਜੀ ਆਪਣੇ ਕੋ ਆਪਣੇ ਕੋ 65 ਦੇਗਾ ਜੀ 65 ਦੇਗਾ ਰਾਣਾ ਇਜਾਜ਼ ਗੱਲ ਕਰ ਰਹੇ ਆ ਅੱਛਾ ਜੀ ਅੱਛਾ ਹਾਂ ਜੀ ਤੇ ਅੱਜ ਨਾ ਸਵੇਰੇ ਹਾਂ ਜੀ ਮੇਰਾ ਮੁੰਡਾ ਮੈਨੂੰ ਕਹਿੰਦਾ ਅੱਬੂ ਜੀ ਮਾਸ਼ਾ ਅੱਲਾਹ ਜੀ ਮੈਂ ਕਿਹਾ ਹਾਂ ਜੀ ਬੇਟਾ ਜੀ ਹਾਂ ਸਹੀ ਹੈ ਕਹਿੰਦਾ ਜੀ ਅੱਬੂ ਜੀ ਤੁਹਾਡ ਤੁਸੀਂ ਪਰਸੋਂ ਚੌਥ ਕਹਿ ਰਹੇ ਸੀ ਤੁਹਾਡਾ ਦੇ ਗਾਂ ਦਾ ਸਾਲਣ ਖਾਣ ਨੂੰ ਦਿਲ ਕਰਨ ਦੇ ਹਾਂਜੀ ਹਾਂਜੀ ਮੈਂ ਕਿਹਾ ਯੈਸ ਕਰਨ ਦੇ ਸਹੀ ਫਿਰ ਢੇੜਾ ਲਾ ਕੇ ਆਇਆ ਕਹਿੰਦਾ ਅੱਬੂ ਜੀ ਹਾਂਜੀ ਮੈਂ ਕਿਹਾ ਹਾਂਜੀ ਬੇਟਾ ਜੀ ਵਾਹ ਜੀ ਵਾਹ ਕਹਿੰਦਾ ਜੀ ਫਿਰ ਕੀ ਪ੍ਰੋਗਰਾਮ ਹੈ ਅੱਛਾ ਜੀ ਮੈਂ ਕਿਹਾ ਜੀ ਪ੍ਰੋਗਰਾਮ ਇਹ ਆ ਕਿ ਤੁਸੀਂ ਘਰੋਂ ਨਿਕਲਣਾ ਹੈ ਅੱਛਾ ਤੇ ਆਪਾਂ ਨਾਈ ਨੂੰ ਕਾਲ ਕਰ ਦੇਣੀ ਬੱਚੇ ਘਰੋਂ ਕੱਢ ਕੇ ਕਾਲ ਕਰਨੀ ਨਹੀਂ ਨਹੀਂ ਵੈਸੇ ਹੀ ਅੱਛਾ ਤੇ ਤੁਸੀਂ ਐਦਾਂ ਕਰੋ ਲੇਬਰ ਕਿੰਨੀ ਕ ਆਪਣੇ ਕੋ ਜੀ ਲੇਬਰ ਆਪਣੇ ਕੋ ਜੀ ਭਾਵੇਂ ਤੁਸੀਂ ਅੱਲਾਹ ਦੀ ਰਹਿਮਤ ਦੇ ਨਾਲ ਤੁਹਾਨੂੰ ਦੱਸਿਆ 500 ਬੰਦੇ ਦਾ ਸੈਟਅਪ ਆ ਤੇ ਫਿਰ ਲੇਬਰ ਦੇ ਨਾਲ ਹੀ ਕੰਮ ਹੁੰਦੇ ਆ ਨਾ ਤੁਸੀਂ ਐਦਾਂ ਕਰੋ ਜੀ ਅੱਜ ਸ਼ਾਮ ਨੂੰ ਨਾ ਜੀ ਅੱਜ ਸ਼ਾਮ ਨੂੰ ਜੀ ਹਾਂਜੀ ਅੱਛਾ ਜੀ 7:00 ਵਜੇ ਹਾਂਜੀ ਇਹ 65 ਦੇਗ ਅੱਛਾ ਜੀ ਮਾਸ਼ਾਅੱਲਾ ਜੀ ਮਾਸ਼ਾਅੱੱਲਾ ਤੇ ਉਸ ਤੋਂ ਬਾਅਦ ਇਹ ਹੈ ਕਿ ਆਪਣਾ ਸਾਰਾ ਸਾਜ਼ੋ ਸਮਾਨ ਸਾਰੇ ਮਸਾਲੇ ਹਾਂਜੀ ਮਿਰਚ ਦੜਾ ਮਿਰਚ ਇਸਤੇਮਾਲ ਕਰਦੇ ਆ ਜਾਂ ਕੁੱਟੀ ਹੋਈ ਨਹੀਂ ਜੀ ਦੜਾ ਇਸਤੇਮਾਲ ਕਰੀਦੀ ਆ ਉਹ ਮਿਰਚ ਅੱਛੀ ਆ ਅੱਜਕੱਲ ਮਿਰਚ ਜਿਹੜੀ ਆ ਨਾ ਇਹ ਕੋ ਚੰਗੀ ਨਹੀਂ ਆਉਂਦੀ ਹਾਂ ਇਹ ਪੀਸੀਓ ਚ ਰੰਗ ਰੰਗ ਵੀ ਦਿੱਤਾ ਹੁੰਦਾ ਇਹਨਾਂ ਨੇ ਹਾਂ ਇਹ ਵਿੱਚ ਬਥੇਰਾ ਬੂਰੇ ਸ਼ੂਰੇ ਦੇ ਨਾਲ ਅੱਜਕੱਲ ਨਾ ਸਾਰੇ ਦੋ ਨੰਬਰ ਕਮ ਹੁੰਦਾ ਆ ਤੇ ਇਸ ਵਜ੍ਹਾ ਤੋਂ ਫਿਰ ਦੜਾ ਮਿਰਚ ਇਸਤੇਮਾਲ ਕਰੀਦੀ ਆ ਜਿਹੜੀ origignal ਬੀ ਨਜ਼ਰ ਆਉਂਦਾ ਹੋਵੇ ਹਾਂਜੀ ਚੰਗੀ ਮਿਰਚ ਆ ਹਾ 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 ਬਸ ਠੀਕ ਹੈ ਜੀ ਮੈਂ ਨਾ ਅਸਲ ਚ ਦਵਾਈਖਾਨਾ ਨਾ ਜੀ अच्छा जी हां जी हां जी हां जी हां जी ਤੇ ਬਸ ਉਹ ਇਹ ਮਾਮਲਾ ਹੈ اچھا ਤੇ ਤੁਸੀਂ ਇਦਾਂ ਕਰੋ ਦੇਗਾ ਲਿਆ ਕੇ ਰੱਖੋ ਬਾਹਰ اچھا ਜੀ ਤੇ ਇਹ ਮਟੀਰੀਅਲ ਸਾਰਾ ਅਸੀਂ ਲਾਉਣਾ ਜੀ ਮਿਰਚ ਮਸਾਲੇ ਉਰੇ ਪਰੇ ਹਰ ਛਾਈ ਨਹੀਂ ਨਹੀਂ हां जी ਉਹ ਘਰੋਂ ਦਿਓਗੇ ਘਰੋਂ ਘਰੋਂ ਸਭ ਕੁਝ ਮਤਲਬ ਸਮਾਨ ਸਾਰਾ ਮੇਰਾ اچھا ਜੀ ਦੇਗਾ ਤੁਹਾਡੀਆਂ ਅਕੇ ਸਾਡੀ ਅਸੀਂ ਪਕਵਾਈ ਕਰਨੀ ਆ ਪਕਵਾਈ ਤੁਸੀਂ ਆਪਣੀ ਪਕਵਾਈ ਦੇ ਪੈਸੇ ਲੈਣੇ ਜੀ ਠੀਕ ਹੋ ਗਿਆ ਠੀਕ ਹੈ ਨਾ ਜੀ ਠੀਕ ਆ ਸਰ ਮਟੀਰੀਅਲ ਜਿਹੜਾ ਉਹ ਮੈਂ ਲਿਆ ਕੇ ਰੱਖਿਆ ਹੈ ਅੱਲਾ ਖੈਰ ਆ ਹੁਣੇ ਹੀ ਮੈਂ ਗਿਆ ਸੀ ਬਾਜ਼ਾਰ ਹਾਂਜੀ ਤੇ ਮਟੀਰੀਅਲ ਲਿਆਉਂਦਾ ਜੀ ਮੈਂ ਵਾਹ ਜੀ ਵਾਹ ਠੀਕ ਹੈ ਨਾ ਜੀ ਅੱਛਾ ਇਹ ਦੇਗਾ ਕਾਕਾ ਕਿਹੜੀਆਂ ਕਿੜੀਆਂ ਪਕਾਉਣੀਆਂ ਵਾਂ 65 ਦੇਗਾ ਅੱਛਾ ਦੇਗਾ ਚੌਲ ਵੀ ਪਕਾਉਣੇ ਜੀ ਅੱਛਾ ਜੀ ਤੇ ਕੋਰਮਾ ਵੀ ਪਕਾਉਣਾ ਠੀਕ ਹੋ ਗਿਆ ਤੇ ਖੀਰ ਵੀ ਪਕਾਉਣੀ ਹੈ ਠੀਕ ਆ ਤੇ ਅੱਛਾ ਹਲਵਾ ਸੁਰੀਲਾ ਹਲਵਾ ਪਕਾ ਲੰਨੇ ਦੇਸੀ ਘਿਓ ਵਾਲਾ ਮੈਂ ਕਹਿੰਦਾ ਜੀ ਅੱਲਾਹ ਦੀ ਰਹਿਮਤ ਦੇ ਨਾਲ ਜਿਹੜਾ ਹਲਵਾ ਖਾਏਗਾ ਨਾ ਹਾਂਜੀ ਇੰਜ ਕਰਕੇ ਬੁਰਕੀ ਭਰੂਗਾ ਚਮਚੀ ਤੋਂ ਬਗੈਰ ਹਾਂਜੀ ਉਹ ਅੱਲਾਹ ਦੀ ਰਹਿਮਤ ਦੇ ਨਾਲ ਘਿਓ ਵਾਲੀਆਂ ਉਂਗਲਾਂ ਵੀ ਚੱਬੇਗਾ ਅੱਛਾ ਜੀ ਹਾਂਜੀ ਮਤਲਬ ਕਿ ਹਲਵਾ ਥੱਲੇ ਤੇ ਉੱਤੇ 5 5 6 6 ਇੰਚ ਦੇਸੀ ਘਿਓ ਨਜ਼ਰ ਆ ਰਿਹਾ ਅੱਲਾਹ ਦੀ ਰਹਿਮਤ ਨਾ ਜੀ ਅੱਲਾਹ ਦੀ ਰਹਿਮਤ ਨਾ ਠੂਠੀ ਸੌਗੀ ਵਿੱਚ ਨਜ਼ਰ ਆ ਰਹੀ ਜੀ ਹਾਂਜੀ ਪੂਰੇ ਤਰੀਕੇ ਨਾਲ ਜੀ ਬਦਾਮ ਬਦਾਮ ਹਰ ਸ਼ਾਇ ਪਿਸਤਾ ਅੱਛਾ ਕਾਜੂ ਵੀ ਅੱਜਕੱਲ ਪਵਾਉਂਦੇ ਆ ਤੇ ਅ ਕੋਏ ਵਾਲਾ ਹਲਵਾ ਜਿਵੇਂ ਤੁਹਾਡਾ ਦਿਲ ਕਰੇ ਜੀ ਵੇਸਣ ਵਾਲਾ ਤੁਹਾਡਾ ਦਿਲ ਕਰੇ ਅੰਡੇ ਵਾਲਾ ਹਾਂਜੀ ਤੁਹਾਡਾ ਦਿਲ ਕਰੇ ਕਿ ਜਿਹੜਾ ਤੁਸੀਂ ਕਹਿਣ ਦਾ ਹੈ ਆਪ ਦੇਖੋ ਜੀ ਅਸੀਂ ਦੇਸੀ ਬੰਦੇ ਆ ਅੱਲਾਹ ਖੈਰ ਅੱਪਾ ਬਣਾਉਣਾ ਸੂਜੀ ਦਾ ਹਲਵਾ ਮਾਸ਼ਾਅੱਲਾ ਜੀ ਮਾਸ਼ਾਅੱਲਾ ਤੇ ਇੱਕ ਮੇਰੀ ਗੱਲ ਸੁਣ ਲਓ ਹਾਂਜੀ ਹਾਂਜੀ ਜਿਹੜੀ ਜਨਾਨੀ ਹਲਵਾ ਬਣਾਵੇ ਤੇ ਹੋਵੇ ਲੇਟੀ ਹਲਵਾ ਦੁਰਫਟੇ ਮੂੰਹ ਉਹ ਕੋਈ ਹਲਵਾਨੀ ਉਹ ਤਾਂ ਫਿਰ ਹਲਵਾ ਤੇ ਉਹ ਹੋਣਾ ਚਾਹੀਦਾ ਜਿਹੜਾ ਇੰਜ ਖਿੜਿਆ ਪਿਆ ਹੋਵੇ ਪੁਰਪਰਾ ਹੋਵੇ ਮੈਂ ਕਹਿੰਦਾ ਭਾਜੀ ਅੱਲਾ ਦੀ ਰਹਿਮਤ ਨਾਲ ਇੰਜ ਦਾ ਹੀ ਹੋਏਗਾ ਠੀਕ ਹੈ ਨਾ ਜੀ ਹਾਂ ਜੀ ਇਹ ਹਲਵਾ ਇੰਜ ਪਲੇਟ 'ਚ ਆਵੇ ਤੇ ਖਿਲਰ ਜਵੇ ਹਲਵਾ ਅੱਲਾ ਦੀ ਰਹਿਮਤ ਨਾਲ ਦੇਖੋ ਜੀ ਹਲਵਾ ਮਿੱਠੇ ਚੌਲ ਹਾਂ ਜੀ ਆਪਾਂ ਦੇਸੀ ਬੰਦੇ ਅੱਲਾ ਖੈਰ ਅੱਲਾ ਦੇਸੀ ਫਾਰਮੂਲਾ ਇਹ ਗੱਲ ਕਹਿੰਦਾ ਆ ਕਿ ਹਲਵੇ 'ਚ ਹਾਂ ਜੀ ਤੇ ਮਿੱਠੇ ਜਿਹੜੇ ਚੌਲ ਆ ਹਾਂ ਜੀ ਇਹਨਾਂ 'ਚ ਮਿੱਠਾ ਮਾੜਾ ਜਿਹਾ ਚੜਿਆ ਹੋਣਾ ਚਾਹੀਦਾ ਸਵਾਦਿਤਾ ਆਉਂਦਾ ਜੀ ਰਸਗਰ ਸਮੇ ਹੋਣਾ ਹਾਂਜੀ ਹਾਂਜੀ ਇਹਨਾਂ ਦੇ ਵਿੱਚ ਐ ਨਵੇਂ ਸ਼ਹਿਰੀ ਛੁਰੀ ਕਹਿਣ ਲੱਪੈਂਦੇ ਨਹੀਂ ਜੀ ਮਿੱਠਾ ਘੱਟ ਮਿੱਠਾ ਘੱਟ ਹਲਵੇ ਚ ਤੇ ਮਿੱਠੇ ਚੌਲਾਂ ਚ ਮਿੱਠਾ ਚੜਿਆ ਮੜਿਆ ਜਨਾ ਨਾ ਹੋਵੇ ਇਦਾਂ ਹੀ ਆ ਜੀ ਤੇ ਮਜ਼ਾ ਨਹੀਂ ਹੁੰਦਾ ਜੀ ਉਹ ਬਸ ਜੀ ਸ਼ਹਿਰਦਾਰੀ ਦੇ ਵਿੱਚ ਆ ਬਿਮਾਰੀਆਂ ਲੈ ਕੇ ਵਹਿ ਗਈਆਂ ਨਾ ਅੱਜ ਕੱਲ ਸ਼ੂਗਰ ਹਰ ਬੰਦੇ ਨੂੰ ਆ ਹਾਂਜੀ ਉਹ ਪਿੰਡ ਦੇ ਦੇਸੀ ਬੰਦੇ ਆ ਉਹਨਾਂ ਨੂੰ ਐਸੀ ਗੱਲਬਾਤ ਹੀ ਕੋਈ ਨਹੀਂ ਗਈ ਉਹਨਾਂ ਨੂੰ ਪਤਾ ਹੀ ਨਹੀਂ ਬਿਮਾਰੀ ਹੁੰਦੀ ਕੀ ਆ ਇਦਾਂ ਹੀ ਆ ਜੀ ਆਲਾ ਖੈਰ ਕੋਰਮਾਂ ਨਾਲ ਵੇ ਕਿ ਬਤਾ ਉਂਗਲਾ ਚਟੇ ਜੀ ਇਨਸ਼ਾਅੱਲਾ ਜੀ ਇਨਸ਼ਾਅੱਲਾ ਤੇ ਬੋਟੀ ਪਲੇਟ ਚ ਪਈ ਤਾਂ ਸਬੂਤੀ ਲੱਗੇ ਮੈਂ ਕਹਿੰਨਾ ਜੀ ਚੰਗਾ ਨਾ ਰੱਬ ਦਾ ਅੱਲਾ ਦੀ ਰਹਿਮਤ ਨਾਲ ਤੁਸੀਂ ਰੋਟੀ ਪਕਵਾ ਲੈਣੀ ਆ ਤੁਸੀਂ ਰਿਸ਼ਤੇਦਾਰੀ ਚ ਵੀ ਦੱਸੋਗੇ ਕਿ ਫੋਨ ਭਾਈ ਨੂੰ ਕਰੋ ਜੀ ਭਨਾਈ ਨੂੰ ਬਸ ਇਹ ਆ ਕਿ ਜਿਲੇ ਬੋਟੀ ਮਤਲਬ ਸਾਲਣ ਅੱਗੇ ਆਵੇ ਰਾ ਜੀ ਹਾਂ ਜੀ ਧਰੀਆਂ ਉੱਤੇ ਵਾਹ ਜੀ ਵਾਹ ਬਰੀਕ ਬਰੀਕ ਕਟਿਆ ਅਦਰਕ ਅੱਲਾ ਖੈਰ ਹਰੀ ਮਿਰਚ ਬਰੀਕ ਬਰੀਕ ਕੱਟੀ ਜੀ ਇਨਸ਼ਾਅੱਲਾ ਤੇ ਪੱਖ ਮਾਰੇ ਥੋੜੀ ਜੀ ਕਾਲੀ ਮਿਰਚ ਦੀ ਨਾ ਵਿੱਚ ਸਾਲਣ ਉਹ ਜ਼ਰੂਰੀ ਆ ਜੀ ਠੀਕ ਹੈ ਨਾ ਜੀ ਹਾਂ ਜੀ ਹਾਂ ਜੀ ਕਿਉਂਕਿ ਕਾਲੀ ਮਿਰਚ ਦਾ ਜਿਹੜਾ ਟੱਚ ਹੈ ਨਾ ਜੀ ਇਹ ਬੜਾ ਵੱਡਾ ਟੱਚ ਆ ਜੀ ਆ ਹਾ ਹਾ ਤੁਸੀਂ ਸ਼ਾਮ ਨੂੰ ਆ ਜਾਓ ਸ਼ਾਮ ਨੂੰ 7 ਵਜੇ ਆ ਜੀ 7 ਵਜੇ ਆ ਜਾਓ ਜੀ ਠੀਕ ਆ ਜੀ ਤੇ ਮੁਰਗਾ ਮੈਂ ਪਾਈਆ ਮਗਾ ਕੇ ਰੱਖਿਆ ਹੈ ਅੱਲਾਹ ਕਿ ਕਿਨਾ ਮਗਾਇਆ ਜੀ ਮੁਰਗਾ ਪਾਈਆ ਘਰ ਕੋਈ ਨਹੀਂ ਨਾ ਹੈਗਾ ਅੱਛਾ ਤੇ ਮੇਰਾ ਦਿਲ ਕਰਨ ਰਿਆ ਸੀ ਮੈਂ ਕਿਹਾ ਮੇਰਾ ਮੁੰਡਾ ਮੈਨੂੰ ਕਹਿ ਗਿਆ ਨਾ ਕਹਿੰਦਾ ਜੀ ਉਹ ਗੈਰੇ ਲਾਹੌਰ ਨੂੰ ਸਾਰਾ ਟੱਬਰ ਅੱਛਾ ਜੀ ਤੇ ਮੈਂ ਘਰ ਕੱਲਾ ਐ ਅੱਛਾ ਤੇ ਮੈਨੂੰ ਜਾਣ ਲੱਗਾ ਕਹਿੰਦਾ ਅੱਬੂ ਜੀ ਹਾਂ ਮੈਂ ਕਿਹਾ ਹਾਂਜੀ ਬੇਟਾ ਜੀ ਹਾਂ ਕਹਿੰਦਾ ਜੀ ਤੁਸੀਂ ਕਹਿੰਦੇ ਸੀਗੇ ਕਿ ਦੇਗ ਵਾਲੇ ਸਾਲ ਨੂੰ ਦਿਲ ਕਰਦਾ ਉਹ ਯਾਰ ਇਹਨਾਂ ਗੱਲਾਂ ਨੂੰ ਦਫਾ ਕਰ ਮੈਂ ਅੱਗੇ ਵੀ ਸੁਣ ਲਈਆਂ ਕਾਕਾ ਤੂੰ ਜਿਹੜੀਆਂ 65 ਦੇਗਾ ਮੰਗਵਾਉਣ ਡਿਆਂ ਹਾਂ ਹਾਂਜੀ ਉਹ ਤੂੰ ਕਾਦੇ ਵਾਸਤੇ ਮੰਗਵਾਉਣ ਡਿਆਂ ਉਹ ਇਸ ਵਾਸਤੇ ਮੰਗਵਾਉਣ ਡਿਆਂ ਮੈਂ ਹੁਣ ਬਾਜ਼ਾਰ ਗਿਆ ਸੀ ਪਾਈਆ ਲੈ ਕੇ ਆਂਦਾ ਮੈਂ ਮੁਰਗਾ ਅੱਛਾ ਤੇ ਜਿਹੜੀ ਦੇਖ ਚ ਮੇਰਾ ਦਿਲ ਕਰੂਗਾ ਨਾ ਮੈਂ ਉਹ ਚ ਪਕਵਾਉਂਗਾ ਤੇਰੇ ਕੋਲ ਜਿਹੜੀ ਮੈਨੂੰ ਸਾਫ ਸੁਥਰੀ ਦੇਖ ਲੱਗੂਗੀ ਲੇਬਰ ਸਾਰੀ ਲੈ ਆਉਣੇ ਆਗੇ ਇਹ ਪਾਈਆ گوشਤ ਦੀਆਂ ਤੂੰ ਬੋਟੀਆਂ ਕਰਵਾਵੇਂ ਨਾ ਤੇ 6ਾਂ 7ਾਂ ਤੋਂ ਕੰਮ ਵਧਣਾ ਨਹੀਂ ਲੰਨਤੀ ਆ ਤੇ 65 ਦੇਗਾ ਤੂੰ ਮਗਵਾਉਣ ਡਿਆ ਉਹ ਤੇਰੀ ਅਕਲ ਕੰਮ ਕਰਦੀ ਆ ਹੈ ਕੁੱਤਾ ਜਿਹਾਂ ਬੰਦਾ ਵੇਖ ਤੇ ਸੀ ਕੀ ਕਹਿਣ ਰਿਹਾ ਕਹਿੰਦਾ ਜੀ ਪੈਠ ਦੇਗਾ ਲੈ ਆਓ ਲਾਇਬ੍ਰੇਰੀ ਚੱਕ ਲੈ ਆਓ ਹਲਵਾ ਚੰਗਾ ਹੋਏਗਾ ਜੀ ਉੱਤੇ ਦੇਸੀ ਘਿਓ ਦੋ ਦੋ 3-3 ਇੰਚ ਤਰਨਾ ਚਾਹੀਦਾ ਮਾਮਾ ਬੋਟੀਆਂ ਤੋਂ ਪਾਈ ਜਾ ਮਗਵਾਈਆਂ ਤੇ ਐਦਾਂ ਕਰਨਾ ਜੀ ਐਦਾਂ ਕਿ ਹਾਏ ਐ ਹੁਣ ਦੇਗਾ ਨਾ ਵਧਾਉਣ ਦਾ ਕਹਦਾਈ ਤੁਸੀਂ ਜੀ ਵੇੜੇ ਚ ਬਹਿ ਕੇ ਨਾ ਜੀ ਕਿਹਦੇ ਵੇੜੇ ਚ ਸਾਡੇ ਚ ਵੇੜਾ ਆਪਣਾ ਵੱਡਾ ਹੀ ਆ ਕਿ ਉਹ ਵੀ ਗੁਸਲਖਾਨਾ ਟਾਈਪ ਹੈ ਜਿੰਨਾ ਮੁਰਗਾ ਮਂਗਾ ਲਿਆ ਤੁ ਦੇਖੋ ਜੀ ਮੈਂ ਕੱਲਾ ਬੰਦਾ ਉਹ ਕੱਲਾ ਤੂੰ ਕੱਲਾ ਕਿਤੇ ਦਫਾ ਹੋ ਕਿਤੇ ਮੰਗ-ਮੁੰਗ ਕੇ ਖਾਲਾ ਮਾਮਾ ਪਾਈਆ ਮੁਰਗਾ ਚੱਕ ਲੈ ਆਇਆ ਹੈ ਅੱਹ ਅੱਲਾ ਕਰੇ ਆਖਰੀ ਖੰਗ ਹੋ ਜਾਏ ਤੇਰੀ ਤੇ ਤੰਦੂਰ ਜਿਹੜਾ ਨਾ ਨਾਨਾ ਵਾਲਾ ਉਹ ਇੱਥੇ ਲਾਈਵ ਸਾਹਮਣੇ ਗਰਮ-ਗਰਮ ਨਾਨ ਅੱਛਾ ਇੱਕ ਨਾਨ ਲਾਉਣਾ ਆਪਾਂ ਖੈਰ ਸ਼ਹਿਰ ਹੋਵੇ ਨਾਨਾ ਵਾਲਾ ਸ਼ਹਿਰ ਸਾਰੇ ਜੋ ਸਭ ਤੋਂ ਚੰਗਾ ਲੈ ਕੇ ਆਉਣਾ ਇੱਕ ਨਾਲ ਲਈ ਉਹ ਇੱਕ ਨਾਲ ਲਈ ਉਹ ਭਾ ਹੋ ਗਿਆ ਨਾਨ ਕਿਨਾਰੇ ਮਰੇ ਹੋਏ ਨਾਨ ਦੇ ਹਾਂਜੀ ਕਿਨਾਰੇ ਮਰੇ ਹੋਣ ਹਾਂਜੀ ਉਹ ਤੂੰ ਕੌਣ ਆ ਨਾ ਕੀ ਦੱਸਿਆ ਆਪਣਾ ਰਾਣਾ ਇਜਾਜ਼ ਜੀ ਤੂੰ ਬੰਦਾ ਮੈਨੂੰ ਕੋਈ ਲਾਂਤ ਹੀ ਲੱਗਦਾ ਸਮਝ ਲੱਗੀ ਆ ਕਿ ਨਹੀਂ ਉਹ ਤੇਰੀ ਖਾਤਰ ਹੁਣ ਮੈਂ ਪੂਰੇ ਸ਼ਹਿਰ ਦੇ ਵਿੱਚੋਂ ਨਾਨਾ ਵਾਲਾ ਲਪਾ ਹੈ ਨਾਂ ਤੂੰ ਮਾਮਾ ਇੱਕ ਲਮਾਉਣਾ ਇਹ ਵੀ ਅੱਲਾ ਦਾ ਸ਼ਿਕਰ ਆ ਤੂੰ ਪੂਰਾ ਕਹਿਤਾ ਤੂੰ ਉਹ ਨਹੀਂ ਕਿਤੇ ਕਹਿਤਾ ਜੀ ਉਹ ਇੱਕ ਪੇੜਾ ਨਹੀਂ ਫੜ ਕੇ ਉਹ ਚਿੜੀ ਚਿੜੀਆਂ ਨੂੰ ਨਿਕੇ ਨਿਕੇ ਭੋਰੇ ਕਰੀਦੇ ਉਹਦੇ ਨਾਲ ਲਵਾਉਣੇ ਆ ਇਹ ਆ ਕਿ ਹਰੇ ਧਨੀਏ ਨਾਲ ਤੇ ਤਿਲਾਂ ਦੇ ਨਾਲ ਇੰਨਾ ਨਾਨ ਟਕਿਆ ਹੋਵੇ ਕਿ ਨਾਨ ਨਜ਼ਰ ਨਾ ਹੁੰਦਾ ਹੋਵੇ ਮੈਂ ਤਾਂ ਕਹਿੰਦਾ ਮੁਰਗਾ ਵੀ ਮਿਕਸ ਕਰ ਲਵਾਂ ਧਨੀਆਂ ਵੀ ਮਿਕਸ ਕਰ ਲਵਾਂ ਅਦਰਕ ਵੀ ਮਿਕਸ ਕਰ ਲਵਾਂ ਤੂੰ ਮਰੇ ਤੇ ਤੇਰੀ ਕਬਰ ਤੇ ਇਹ ਨਾਲ ਲੇਪ ਘਾਰ ਆਵਾ ਉਹ ਲਾਂਤੀਆ ਕਿਸੇ ਥਾਂ ਦੇ ਆ ਚੌਲ ਨਾ ਜਿਹੜਾ ਜੀ ਕੱਲਾ ਕੱਲਾ ਹੋਣਾ ਚਾਹੀਦਾ ਦਾਣਾ ਇੰਜ ਮੋਤੀਆਂ ਤਰ੍ਹਾਂ ਪਲੇਟ 'ਚ ਚੌਲ ਪਏ ਹੋਣ ਉਹ ਹੁਣ ਲਾਂਤੀਆ ਇਹ ਨਾ ਕਹਿ ਦੇ ਕਿ ਇੱਕ ਇੱਕ ਦੇਗ 'ਚ ਕੱਲਾ ਕੱਲਾ ਦਾਣਾ ਪਕਾਉਣਾ ਨਹੀਂ ਚੌਲ ਪਕਾਉਣੇ ਐਵੇਂ ਅੱਧਿਕ ਪਲੇਟ ਮੇਰੇ ਨਾ ਗੋਡੇ ਦੁਖਦੇ ਆ ਤੇ ਨਾਲ ਯੂਰਿਕ ਐਸਿਡ ਵੱਧ ਜਾਂਦਾ ਚੌਲਾਂ ਦਾ ਐਵੇਂ ਆਪਾਂ ਚਸਕਾ ਹੀ ਲਾਉਣਾ ਚਸਕੇ ਤੇਰੇ ਮਹੱਲੇ ਚ ਫੌਤਗੀ ਕੋਈ ਨਹੀਂ ਹੁੰਦੀ ਵਿਆਹ ਕੋਈ ਨਹੀਂ ਹੁੰਦਾ ਤੂੰ ਉੱਥੋਂ ਕਿਤੇ ਚਸਕਾ ਲਾ ਲਵੇਂ ਓਏ ਹਾਂ ਹਾਏ 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 ਜਿੱਲੇ ਸਾਲਣ ਤਿਆਰ ਹੋ ਜਵੇ ਨਾ ਜੀ ਕਿਹੜਾ ਆ ਪਾਈਆ ਹਾਂ ਓ ਮਮਾ ਤਿਲ ਕਰ ਮੈਂ ਕਰਸ਼ਾ ਵਾਲਾ ਕਰਸ਼ੇ ਦੇ ਨਾਲ ਹੀ ਕਿਤੇ ਬਾਹਰ ਆ ਕੇ ਡੇਗ ਪੋਵੇ ਪਾਈਆ گوشਤ ਪਹਿਲੇ ਸਭ ਤੋਂ ਪਹਿਲੇ ਮੈਨੂੰ ਚੈੱਕ ਕਰਾਉਣਾ ਸਾਲਣ ਕਿਨੂੰ ਮੈਨੂੰ ਆ ਪਾਈਆ ਗੋਸ਼ਤ ਤੈਨੂੰ ਚੈੱਕ ਕਰਾਉਣਾ ਮੈਂ ਕਾਮ ਆ ਗਿਆ ਆ ਬਾਅਦ ਚ ਉਹ ਕੋਹ ਯਾਰ ਨੂੰ ਹੱਥ ਮਾਰ ਤੂੰ ਕਿਹੜਾ ਬੰਦਾ ਯਾਰ ਤੂੰ ਹੈ ਕਿਹੜੀਆਂ ਤੂੰ ਚਵਲਾ ਮਾਰਨ ਦੇ ਆ ਪਰ ਪਾਈਆ ਗੋਸ਼ਤ ਪੈਣ ਦੇਗਾ ਚੱਕ ਲਿਆ ਉਹ ਤੇ ਜਿੱਲੇ ਮੇਰਾ ਮੁੰਡਾ ਮੈਨੂੰ ਕਹਿੰਦਾ ਅੱਬੂ ਜੀ ਆ ਤੇ ਤੁਸੀਂ ਅੱਗੇ ਉਹ ਕਿਹਾ ਹਾਂਜੀ ਬੇਟਾ ਜੀ ਉਹ ਤੇਤੇ ਵੀ ਲਾਲਾ ਤੇ ਤੇਰੇ ਬੇਟੇ ਤੇ ਵੀ ਜਿਹੜਾ ਤੈਨੂੰ ਕੱਲੇ ਨੂੰ ਛੱਡ ਕੇ ਆਪ ਲਾਹੌਰ ਚਲਾ ਗਿਆ ਉਹ ਮਾਮਾ ਪਾਈਆ ਗੋਸ਼ਤ ਪਕਾ ਲਿਆ ਹੈ ਤੇ ਫੈਮਿਲੀ ਸਾਰੀ ਦੁਬਾਰ ਭੇਜ ਦਿੱਤੀ ਆ ਉਹ ਕਿੰਨੇ ਖਾਣਾ ਇੰਨਾ ਮੁਰਗਾ ਹੈ ਇਹ ਤਾਂ ਤੂੰ ਮਹੱਲੇ ਦੀ ਵੀ ਦਾਵਤ ਕਰ ਫਿਰ ਵੀ ਅੱਧਾ ਪਾ ਬੱਜਣਾ ਹਾਏ ਜਿੱਲੇ ਮੈਂ ਰੋਟੀ ਖਾ ਲਵਾਂ ਚੌਲਾਂ ਦੀ ਬੁਰਕੀ ਲਾ ਦਵਾਂ ਹੁਣ ਇਹ ਨਾ ਕਹਿਦੀ ਕਿ ਉੱਥੋਂ ਇੱਕ ਕਲੀਨ ਵੀ ਦੁਕਾਨ ਤੋਂ ਭੇਜ ਦਿਓ ਉਹਨਾਂ ਮੈਂ ਮੂੰਹ ਸਾਫ਼ ਕਰਨਾ ਜਿਹੜਾ ਨਾ ਆਪਣੀ ਸੂਜੀ ਦਾ ਹਲਵਾ ਇਹ ਆਪਾਂ ਨਾ ਇਹਦੀ ਦੇਗ ਅੱਧਾ ਘੰਟਾ ਠਹਿਰ ਕੇ ਚਾੜਨੀ ਆਵੇਂ ਅੱਧੀ ਕਕੋਲੀ ਕਿਹੜਾ ਤੈਨੂੰ ਕਹਿੰਦਾ ਅੱਬੂ ਜੀ ਹਾਂ ਜੀ ਉਹ ਕਿੱਥੇ ਆ ਲਾਹੌਰ ਗਏ ਨੇ ਉਹਦਾ ਨੰਬਰ ਹੈ ਤੇਰੇ ਕੋ ਨਹੀਂ ਉਹ ਕਿਹੜੀ نسل ਨਾਲ ਤੇਰਾ تعلق ਆ ਏ ਹਾਂ ਹਾਈ ਮੈਂ ਗਿਆ ਸੀ ਪਰਸੋਂ ਚੌਧ ਸੂਜੀ ਕੌਲੀ ਦੀ ਮਾਮਾ ਦੇ ਕਿੱਡੀ ਹੁੰਦੀ ਆ ਸੂਜੀ ਵਿੱਚ ਨਜ਼ਰੀ ਲਾਵੇ ਮੈਂ ਪਰਸੋਂ ਗਿਆ ਕਿ ਫੌਦਗੀ ਤੇ ਉੱਥੇ ਉਹ ਵੰਡਣ-ਵੰਡਣ ਆਪਣੇ ਬਦਾਮ ਤੇ ਇੱਧਰ ਉੱਧਰ ਸਾਰਾ ਕੁਝ ਤੇ ਮੈਂ ਫਿਰ ਉੱਥੋਂ ਉਹਨਾਂ ਜਨਾਬ ਬਦਾਮ ਲੈਏ ਅੱਛਾ ਚਾਰ ਉਹਨੇ ਬਦਾਮ ਦਿੱਤੇ ਤਿੰਨ ਵਿੱਚੋਂ ਮੈਂ ਖਾ ਲਿਆ ਤੇ ਇੱਕ ਰੱਖ ਲਿਆ ਉਹ ਮੈਂ ਹੁਣ ਉਹ ਨਾ ਪਤੀਲੇ ਤੇ ਪਾਣੀ ਗਰਮ ਕਰਕੇ ਨਾ ਵਿੱਚ ਛੁੱਟਦਾ ਹੀ ਆਉਂਦਾ ਹੀ ਜ਼ਰਾ ਗਲ ਜੂਗਾ ਉਹਦਾ ਆਪਾਂ ਛਿਲਕਾ ਲਓ ਹਾਂ ਇੱਕ ਹਾਂ ਇੱਕ ਤੇ ਮਾਮਾ ਮੁੜ ਕੇ ਮੈਂ ਟੁੱਬੀ ਮਾਰ ਕੇ ਲੱਭਣਾ ਵਿੱਚੋਂ ਬਦਾਮ ਇੱਕ ਬਦਾਮ ਤੇ ਐਡਾ ਵੱਡਾ ਪਤੀਲਾ ਮੁੜ ਕੇ ਮੈਂ ਟੁੱਬੀ ਮਾਰ ਕੇ ਲੱਭਾਂ ਕਿ ਬਦਾਮ ਕਿੱਧਰ ਚਲਾ ਗਿਆ ਦੋ ਕਦਾਨੇ ਸੌਗੀ ਦੇ ਕਿਤੇ ਰੋਕ ਕੇ ਨਾ ਫੜ ਲਈ ਉਹ ਕਿੱਥੋਂ ਫੜ ਲਵਾਂ ਕਿਸੇ ਕਰਿਆਨੇ ਵਾਲੀ ਦੁਕਾਨ ਤੋਂ ਉਹ ਫੜਨੇ ਹੋਇ ਫਿਰ ਜਿਹੜੀਆਂ ਤੇਰੇ ਹੱਲ ਦੇਗਾ ਭੇਜਣੀਆਂ ਸ਼ਾਇਦ ਕਿਸੇ ਦੀ ਪੱਕੀ ਸੌਗੀ ਵਿੱਚ ਲੱਗੀ ਹੋਵੇ ਉਹ ਤੈਨੂੰ ਆਵੇ ਕਿਸੇ ਦੀ ਆਈ ਉਹ ਡੁੱਬ ਕੇ ਮਰ ਜਾ ਖੁਸ਼ਬੂ ਆਵੇ ਪੂਰੇ ਮੱਲੇ ਨੂੰ ਪਤਾ ਲੱਗਣਾ ਚਾਹੀਦਾ ਕਿਤੇ ਦੇਗਾ ਲੱਥਣ ਡੀਆਂ ਆ ਅੱਧੀ ਕੌਲੀ ਦੀ ਓਏ ਅੱਧੀ ਕੱਲ ਅੱਧੀ ਕੌਲੀ ਦੀ ਖੁਸ਼ਬੂ ਦੇਣੀ ਪੂਰੇ ਮੱਲੇ ਨੂੰ ਹਾਂ ਹੇ ਕੀ ਹੋ ਇਹ ਐਨਾ ਐਨਾ ਮੇਰੇ ਹੱਥ ਹੱਥ ਜਿੱਡਾ ਉੱਤੇ ਤਰਦਾ ਹੋਵੇ ਦੇਸੀ ਕਿੰਨਾ ਕਿੰਨਾ ਆ ਮੇਰੇ ਹੱਥ ਹੱਦ ਜਿੱਡਾ ਇਹ ਜਿੰਨੀ ਕੁ ਮਾਮਾ ਤੂੰ ਸੂਜੀ ਬਗਵਾਉਣ ਡਿਆ ਨਾ ਹੈ ਹਾਂ ਤੇ ਹੁਣ ਤੂੰ ਇਹ ਨਾ ਕਹਿ ਦੀ ਕਿ ਜਿਹੜਾ ਬੋਤਲ ਦਾ ਟੱਕਣ ਹੁੰਦਾ ਨਾ ਜੀ ਇਹ ਡੇਢ ਟੱਕਣ ਦੇ ਸੀ ਘਿਓ ਦਾ ਪਾ ਲਓ ਉਹ ਲੰਤੀਆ ਆ ਜਿੰਨਾ ਕੁ ਤੂੰ ਸੂਜੀ ਪਕਾਉਣ ਨੇ ਐਨਾਂ ਕੁ ਕਿਹੋ ਦੇ ਹੱਥਾਂ ਨੂੰ ਬੰਦਾ ਲਾ ਕੇ ਮੁੱਛਾਂ ਨੂੰ ਲਾ ਲੈਂਦਾ ਤੇ ਟਾਈਮ ਨਾ ਆ ਜਾਈਓ ਜੀ ਕਦੋਂ ਟਾਈਮ ਨਾ ਆਵੇ ਤੁਸੀਂ ਉਹ ਬਰੇ ਤੇਰੀ ਲਾਸ਼ ਹੋਵੇ ਟਾਈਮ ਨਾਲ ਆਵਾਂ ਮੈਂ ਐਡਾ ਵੱਡਾ ਮਾਮਾ ਆਂਡਰ ਸਾਲੂ ਕਦੀ ਜ਼ਿੰਦਗੀ ਚ ਨਹੀਂ ਮਿਲਿਆ ਮੈਨੂੰ ਬੇਟਾ ਮੇਰੇ ਕਹਿ ਗਿਆ ਅਪੂ ਜੀ बजी <tod <-toddy>